अतात उसके नहुर जकात वन व तुमते हुफी हा तबीला इलाही आई दिरात दे सदके मोमिनीन दी हिफाजत फरमा। जिन्हें दुआवां जिम्मे लाइया जी नहीं ला सके मुस्तजा फरमा, नामूस दी हिफाजत फरमा, बावे अल्ताफ शारन मालिक पोता ता फरमा, आशिबाइन मालिक बेटा आता फरमा, भाई खुरम दी तौफीक हाथ इजाफा फरमा, अवे इफ्तिखार शाह जी जितने सादात मोमिन मालिक तमाम दी तौफीक हाथ इजाफा इलाही इलाही आजादारी इन्हां दी नस्ल च कायम व दायम फरमा। किबला मोहम्मद अब्बास कुमी साहब नु मालिक शिफा अता फरमा, नासिर अब्बास नु मालिक शिफा अता फरमा, फखर अब्बास नु शिफा अता फरमा। क्या नाम है अली भाई और मोहसिन भाई दी मालिक तौफीकात इजाफा फरमा। इलाही यूसुफ सैयदा दे जहूर ताजील फरमा। एजाज भाई और सगीर भाई नु मालिक हयातियां वाले वारिस अता फरमा। इलाही इस घराने दे अफराद जितने बाहर हैं मालिक उन्हें तौफीक कार खैर चीज़ा फरमा, जिंदगी अंदराज फरमा, मालिक तौफीकात चीज़ा फरमा। यार ब मोहम्मद व आल मोहम्मद, सल्ले अला मोहम्मद व आल मोहम्मद, व अज्जिल फरज आल मोहम्मद, बुलंद सलवात। أعوذ بالله من الشيطان الرجيم بسم الله الرحمن الرحيم الحمد لله الذي نورا قلوبنا मुश्किल कुशा अली तीन दिल मस्जिद वाल मिंबर फातिह लोहदे वाल बदरे वाल हुनैन अबीर अलमे अबिल हसन सैयदां दी जिंदगी दी आखरी रात
ਇਨਾ ਖਾਈ ਸ਼ਬ ਖੂ ਮਾਰੋ ਗੈਰਤ ਮੰਦੋਂ ਰੋਂਦੇ ਤਾਂ ਇਹ ਕੌਮ ਦਰਦ ਨਹੀਂ ਭੁਲਾ ਸਕਦੀ ਅੱਜ ਰਾਤ ਉਹ ਮਜ਼ਲੂਮ ਦੀ ਸ਼ਹਾਦਤ ਦੀ ਰਾਤ ਜਿਹਦੀ ਜਨਾਜ਼ਾ ਆਉਣਾ ਹੈ ਜਿਹਦੀ ਅੰਬੇਣੀ ਦੀ ਖਾਹਿਸ਼ ਆਈ ਅਸਾਂ ਅਕਬਰ ਨੂੰ ਸਹਿਰੇ ਪਾਈਏ ਕਿਆ ਬਾਤ ਹੈ ਅੱਲਾ ਦੀ ਰਾਤ ਦੇ ਸਦਕੇ ਭਾਈ ਸ਼ੁਐਬ ਦੇ ਬੇਟੇ ਨੂੰ ਮਾਲਕ ਸ਼ਿਫਾ ਦੇਵੇ ਇੱਕ ਵਹਿਣ ਕਰਨਾ ਚਾਹੁੰਦਾ ਭੈਣ ਦੇ ਖੈਮੇ ਦੇ ਦਰ ਤੇ ਆਇਆ ਖੜਾ ਤੇ ਆਦਾ ਤੈਕੂੰ ਅੰਬੜੀ ਸਮੇਂ ਕੇ ਪਿੰਨਾ ਆਇਆ ਕਿਆ ਬਾਤ ਹੈ ਜਵਾਨੀ ਮਾਣੇ ਬਿਸਮਿਲਾ ਕਰਾਂ ਬਸ ਬਾਈ ਜਾਨ ਮੈਂ ਜਦੋਂ ਪੜ੍ਹਾ ਯਸ਼ਰਾ ਮੁਹਰਮ ਸਿੰਧ ਇੱਕ ਮਜਲਿਸ ਪੜ੍ਹੀ ਇੱਕ ਮੋਮਨ ਉੱਠੀ ਖੜਾ ਅੱਦ ਤੱਕੀ ਕਿਆਮਤ ਭੈਣ ਹਾਏ ਤਾਂ ਛੋਟੀ ਲੇਕਿਨ ਖਸਮਾ ਮੈਂ ਅੱਖਾਂ ਆਈ ਵਧੀ ਸੰਵਾਲੀ ਆਇਆ ਖੜਾ ਤੇ ਅੱਦ ਤੱਕੂ ਅੰਬੜੀ ਸਮੇਂ ਕੇ ਪਿਨਾਣ ਆਇਆ ਤੇ ਆਏ ਪੰਜ ਤਨ ਪਾਕ ਦੀਆਂ ਦੇ ਉਹ ਮੇਰੀ ਨਹੀਂ ਨਿਭਦੀ ਉਹ ਮਖਦੂਮ ਨਾਨੇ ਤੂੰ ਮੈਕੂੰ ਅਕਬਰ ਪੁਤਾਰ ਵਾਲਾ ਬਿਸਮਿਲਾ ਕਰਾਂ ਜਿਹੜੇ ਮਾਤਮੀ ਅਜ਼ਾਦਾਰ ਬੈਠਿਓ ਔਖਾ ਜੀ ਅਵੈਣੇ ਆਵਾਜ਼ ਆਈਏ ਤੈਨਾਂ ਵਾਦਾ ਅਕਬਰ ਕੂ ਕਰ ਭੈਣ ਮੇਰੀ ਬਹੁਤ ਸੋਹਣਾ ਪੁੱਤਰ ਆਈ ਇਮਾਮ ਹੁਸੈਨ ਅਲੈਹਿਸਲਾਮ ਦਾ ਅਲੀ ਅਕਬਰ ਸਾਜੀ ਪੜ੍ਹਨ ਵਾਲਿਆਂ ਪੜ੍ਹਿਆ ਲੇਕਿਨ ਮੈਂ ਆਪਣੇ ਅੰਦਾਜ਼ 'ਚ ਅਲੀ ਅਕਬਰ 4-5 ਸਾਲਾਂ ਤੋਂ ਮੈਂ ਹਰ ਮੁਕਾਮ 'ਤੇ ਅਲੀ ਅਕਬਰ ਦੀ ਜੰਗ ਅਤੇ ਮਜਲਿਸ ਮੁਕਾ ਦੇਣਾ ਲੇਕਿਨ ਚੰਦ ਸਤਰਾਂ ਸ਼ਹਾਦਤ ਦਾ ਵੀ ਅਰਜ਼ ਕਰਸਾਂ ਇਮਾਮ ਹੁਸੈਨ ਅਲੈਹਿਸਲਾਮ ਦਾ ਪੁੱਤਰ ਬਾਜ਼ਾਰ 'ਚੋਂ ਗੁਜ਼ਰਿਆ ਨਾ ਨੌਜਵਾਨੋ ਕਈ ਦਿਨ ਤੱਕ ਗਲੀਆਂ 'ਚੋਂ ਉਲਮਾ ਲਿਖਦੇ ਨੇ ਅਲੀ ਅਕਬਰ ਦੀ ਜ਼ੁਲਫਾਂ ਦੀ ਖੁਸ਼ਬੂ ਆਉਂਦੀ ਬਲਾ ਹਰ ਅਕਪੁਰ ਨਮੇ ਇੱਥੇ ਅਲਹਮਦੁਲਿਲਾ ਤਮਾਸ਼ਾ ਹੀ ਹੈ ਕੋਈ ਨਾ ਸਾਰੇ ਆਏ ਰੋਵਣੋ 11 ਹਿਜਰੀ ਰਸੂਲ ਦੀ ਸ਼ਹਾਦਤ ਗੈਰਤਮੰਦੋ 11 ਹਿਜਰੀ ਇਮਾਮ ਹੁਸੈਨ ਦੀ ਅੰਮਾ ਦੀ ਸ਼ਹਾਦਤ ਫਰਕ 95 ਦਿਨ ਦਾ ਬਹੁ ਰੋਵੇ ਨਾ ਹੁਸੈਨ 30 ਸਾਲ ਰੁਨਨ ਨਾਨੇ ਦੀ ਸਾਈਂ ਕਬਰ 'ਤੇ ਆਵੇ ਨਾ ਜ਼ਿੰਦਗੀ ਆਉਂ ਰੋਵੇ ਨਾ ਨਾਨੇ ਦੀ ਕਬਰ 'ਤੇ ਅਮਸ਼ਾ ਜੀ ਰੋਂਦੇ ਰੋਂਦੇ ਟੁਰ ਵਨੇ ਨਾ ਮਾਂ ਦੀ ਕਬਰ 'ਤੇ ਆਵੇ ਨਾ ਮਾਮੂਲ ਆਈ ਹਰ ਰੋਜ਼ ਆਵਣਾ ਮਲਕ ਸਾਹਿਬ ਖਿਰਾਜ ਅਕੀਦਤ ਪੇਸ਼ ਕਰਨਾ ਫਿਰ ਚੱਲ ਵੰਡਣਾ 30 ਸਾਲ ਨਾਨੇ ਦੀ ਕਬਰ 'ਤੇ ਰੋਵਣ ਵਾਲਾ ਅੱਜ ਨਾਨੇ ਆਖਿਆ ਹੁਸੈਨ ਬਹੁ ਰੁਨੈ ਤੇਰਾ ਰੋਵਣਾ ਅੱਲਾ ਨੂੰ ਪਸੰਦ ਨਹੀਂ
ਨਾ ਰੁਨਾ ਕਰ ਅਦੇ ਨਾਨਾ ਹੁਕਮ ਕਰ ਹੁਸੈਨ ਜੋ ਰੱਬ ਕੋਲ ਮਨਵਾਇਨਾ ਮਨਵਾ ਅਦੇ ਨਾਨਾ ਆਪਣੇ ਵਾਸਤੇ ਕਦੀ ਕੁਛ ਨਹੀਂ ਮੰਗਵਾਇਆ ਜਦ ਹੀ ਮੰਗਵਾਏ ਤੇ ਮਨਵਾਏ ਜ਼ਮਾਨੇ ਵਾਸਤੇ ਮਨਵਾਏ ਨਾਨਾ ਮੈਂ ਆਪਣੇ ਵਾਸਤੇ ਕੁਝ ਨਾ ਮੰਗਦਾ ਔਰ ਜ਼ਿੰਦਗੀ ਰਹੀ ਤਾਂ ਇਨਸ਼ਾਅੱਲਾ ਚੱਜ ਫਕੀਰ ਹੁਸੈਨ ਰਵਾਲੀ ਮਜਲਿਸ 31 ਅਕਤੂਬਰ ਮੈਂ ਨਿਆਜ਼ ਬੇਗ ਡਿਊਟੀ ਦੇਸਾਂ ਰੱਬ ਕੋਲੋਂ ਨਹੀਂ ਮਨਵਾਇਆ ਆਪਣੀ ਵਾਸਤੇ ਗੈਰਾਂ ਵਾਸਤੇ ਮਨਵਾਏ ਫਰਮਾਇਆ ਹੁਸੈਨ ਕੁਝ ਤਮੰਗ ਤੁਹਾਡੀ ਹਾਏ ਨਿਕਲ ਵਸੀ ਬਹੁ ਵੱਡੀ ਸਤਰ ਹੈ ਬਾਈ ਜਾਨ ਆਵਾਜ਼ ਆਈਏ ਨਾਨਾ ਮਨਵਾ ਸਕਦਾ ਲੇਕਿਨ ਆਪ ਰੱਬ ਕੋਲੋਂ ਮਨਵਾ ਹੁਸੈਨ ਕੇ ਮਨਵਾਏ ਨਾ ਅਦੇ ਨਾਨਾ ਇੱਕ ਤਾਂ ਮੈਨੂੰ ਅੱਲਾ ਮਾਂ ਦੀ ਸ਼ਕਲ ਵਾਲੀ ਧੀ ਦੇਵੇ ਸ਼ਾਬਾਸ਼ ਜਵਾਨੀਆਂ ਮਾਰੋ ਨਾਨਾ ਦੂਸਰਾ ਮੈਨੂੰ ਅੱਲਾ ਨਾਨੇ ਦੀ ਸ਼ਕਲ ਵਾਲਾ ਪੁੱਤਰ ਦੇਵੇ ਗੈਰਤਮੰਦਾਂ ਦੁਆਵਾਂ ਕਬੂਲ ਹੋਈਆਂ ਅੱਲਾਹ ਨੇ ਇਮਾਮ ਹੁਸੈਨ ਅਲੈਹ ਇਸਲਾਮ ਨੂੰ ਉਹ ਬੇਟਾ ਅਤਾ ਕੀਤਾ ਸ਼ਾਬਾਨ 'ਚ ਕਿ ਜਿਹੜਾ ਹਮ ਸ਼ਕਲ ਹੈ ਪੈਗੰਬਰ ਔਰ ਸਜੇ ਦਾ ਪੁੱਤਰ ਦੁਨੀਆਂ 'ਤੇ ਆਵੇ ਨਾ ਫਿਰ ਕੋਈ ਗਰੀਬ ਹੈ ਕੋਈ ਅਮੀਰ ਹੈ ਜੋ ਵੀ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਤੋਹਫੇ ਤਹਾਇਫ ਦੇਵਣਾ ਜਦ ਅਲੀ ਅਕਬਰ ਦੁਨੀਆਂ 'ਤੇ ਆਇਆ ਆਸਮਾਨੀ ਮਲਕੂਤ ਵੀ ਮੁਬਾਰਕਬਾਦੀ ਦੇਵਣ ਵਾਸਤੇ ਆਏ ਮਿਰਜ਼ਾ ਸਾਹਿਬ ਹਰ ਕੋਈ ਆਇਆ ਮੁਬਾਰਕਬਾਦੀ ਦੇਵਣ ਅਮੀਰ ਆਇਆ ਤਾਂ ਇਮਾਮ ਹੁਸੈਨ ਨੇ ਅਮੀਰ ਤਰ ਕਰ ਛੋੜੇ ਗਰੀਬ ਆਇਆ ਤੋ ਅਮੀਰ ਬਣਾ ਛੋੜੇ ਕੋਈ ਮੰਗਣ ਵਾਲਾ ਆਇਆ ਤੋ ਤਵੰਗਰ ਬਣਾ ਛੋੜੇ ਕੋਈ ਮਸਕੀਨ ਆਇਆ ਤੋ ਫਿਰ ਸਿਕੰਦਰ ਬਣਾ ਛੋੜੇ ਇਹ ਮੇਰੀਆਂ ਛੋਤੀਆਂ ਜਿਹੀਆਂ ਸਤਰਾਂ ਚੁੱਕੇ ਹੁਣ ਤਾਂ ਕਿਹੜੀ ਗੱਲ ਹੈ ਜਿਹੜੀ ਮੋਮਨਾਂ ਨਹੀਂ ਪਤਾ ਨੈਟ 'ਤੇ ਅਸੀਂ ਇੱਥੇ ਪੜ੍ਹਦੇ ਹਾਂ ਤੁਹਾਡੇ ਕੋਲ ਇੱਕ ਇੱਕ ਸਤਰ ਪਤਾ ਹੁੰਦਾ ਫੁਲਾਂ ਜ਼ਾਕਿਰ ਕਿਆ ਪੜ੍ਹਨਾ ਆਖਿਰ ਤੁਹਾਡੇ ਜੋ ਜ਼ਿਕਰ ਜ਼ਿੰਦਗੀ ਜ਼ਿਕਰ ਨਾਲ ਪਈ ਗੁਜ਼ਰਦੀ ਹੈ ਇਮਾਮ ਹੁਸੈਨ ਅਲੈਹ ਇਸਲਾਮ ਨੂੰ ਮੁਬਾਰਕਬਾਦੀ ਦੇ ਕੇ ਲੋਕ ਟੁਰਦੇ ਰਹੇ ਤੀਸਰੇ ਦਿਨ ਭੇਣ ਸੱਦੇ ਅਲਮਾਲ ਅੱਬਾਸ ਤੋਂ ਚੁਕਿ ਮਸਾਹਿਬ ਦੀਆਂ ਰਾਤੀ ਹਨ ਅਲਮਾ ਵਾਲਾ ਅੱਬਾਸ ਆਇਆ ਬੀਬੀਆ ਦੀ ਅੱਬਾਸ ਸਰ ਚਾ ਮੈਂ ਰੋਲੇਖ ਅਦ ਕਿਵੇਂ ਦੇਖਾਂ ਮੈਂ ਉਮਲ ਬਨੀਨ ਦਾ ਪੁੱਤਰ ਹਾਂ ਤੁਹਾਡੀ ਅੰਮਾ ਜ਼ਹਰਾ ਹੈ ਬੀਬੀਆ ਦੀ ਹੁਸੈਨ ਦੋ ਸੁਨੇਹਾ ਭੇਜਣਾ ਮੇਰੋ ਦੇਖ ਅੱਬਾਸ ਡਿੱਠਾ ਬੀਬੀਆ ਦੀ ਅੱਬਾਸ ਲਗਾਵਾਂ ਮੇਰੇ ਵੀਰ ਨੂੰ ਆਖ ਭੇਣ ਪਿਆ ਦੀਏ ਹਰ ਕੋਈ ਮੁਬਾਰਕ ਦੇਵਣ ਆਏ ਅਤੇ ਮੈਂ ਭੇਣ ਤੈਨੂੰ ਮੁਬਾਰਕ ਨਾ ਦੇਵਾਂ ਮੈਂ ਤੇਰੇ ਕੋਲ ਮੰਗਦੀ ਕੁਝ ਨਾ ਥੋੜ੍ਹੀ ਦੇਰ ਵਾਸਤੇ ਘਰ 'ਚ ਲੱਗਾਂ ਮੈਂ ਉਹ ਅੱਖਾਂ ਵੇਦੀਆਂ ਜਿਹੜੀਆਂ ਬਹੁ ਰੋਂਦੀਆਂ ਹਨ ਅੱਜ ਉਹ ਅੱਖਾਂ ਖੁਸ਼ਕ ਹੋ ਗਈਆਂ ਬਾਬਾ ਜੀ ਪੁੱਤਰ ਦੀ ਜ਼ਿੰਦਗੀ ਉਹਨੇ ਮਿੰਬਰ ਦੀ ਕਸਮ ਹੈ ਜਿਸ ਵੇਲੇ ਗੱਲ ਕੀਤੀ ਅੱਬਾਸ ਸੁਨੇਹਾ ਦਿੱਤਾ ਮੌਲਾ ਭੇਣ ਤੁਹਾਡੀ ਆਦੀ ਹੈ ਮੈਂ ਅਲੀ ਅਕਬਰ ਦੀ ਮੁਬਾਰਕ ਦੇਣਾ ਚਾਹੁੰਦੀ ਹਾਂ ਇਮਾਮ ਹੁਸੈਨ ਫਰਮਾਇਆ ਅੱਬਾਸ ਜੇ ਭੇਣ ਦੀ ਖਾਹਿਸ਼ ਹੈ ਭੇਣੀ 12 ਹਨ ਮਲਿਕ ਅਕੀਲ ਆਵਾਜ਼ ਆਈਏ ਫਿਰ ਦੂ ਕੁਰਸੀਆਂ ਲਵਾ ਮੌਲਾ ਕਿੱਥੇ ਲਾਵਾਂ ਫਰਮਾਇਆ ਉਸ ਦਰਵਾਜ਼ੇ 'ਤੇ ਲਾਵੇਂ ਜਿਹੜਾ ਦਰਵਾਜ਼ਾ ਮੁਸਲਮਾਨਾਂ 7 ਰਬੀਉਲ ਅੱਵਲ ਜਗ੍ਹਾ ਛੋੜੇ ਬਿਸਮਿਲਾ ਕਰਾਂ ਹਾਏ ਨਿਕਲ ਗਈ ਸੋਹਣੀ ਮੁਕਾਨ ਹੋ ਗਈ ਦਰਵਾਜ਼ਾ ਉਸ 'ਤੇ ਲਾਵੇਂ ਕੁਰਸੀਆਂ ਮਸੰਦਾਂ ਆਹਮਣੇ ਸਾਹਮਣੇ ਮਸੰਦਾਂ ਆਹਮਣੇ ਸਾਹਮਣੇ ਲੱਗ ਗਈਆਂ ਇਮਾਮ ਹੁਸੈਨ ਦੀ ਮਸਨਤ ਦਾ ਰੁੱਖ ਭੇਣ ਦੇ ਘਰ ਦੋ ਆਈ ਜਦੋਂ ਵਸਦੀਆਂ ਤਾਂ ਫਿਰ ਹਵੇਲੀ ਇੱਕ ਆਈ ਘਰ ਅਲੈਦਾ ਅਲੈਦਾ ਨੂੰ ਸੰਭਾਲ ਕਰੋ ਤੱਕ ਗਿਆ ਮਤ ਇਮਾਮ ਹੁਸੈਨ ਨੇ ਭੇਣ ਦੇ ਦਰਵਾਜ਼ੇ ਤੋਂ ਕਿਉਂ ਡਿੱਠਾ ਭੇਣੀ ਤਾਂ ਸਾਰੀਆਂ ਬਰਾਬਰ ਹੁੰਦੀਆਂ ਲੇਕਿਨ ਅੱਧੀ ਭਾਈਵਾਲ ਭੇਣ ਆਈ ਇਮਾਮ ਭੇਣ ਦੇ ਦਰਵਾਜ਼ੇ ਤੋਂ ਡੇਥਾ ਬੈਠਾ
पहले भिरा आया पीछे भेण आई। पहली भेण आई हुसैन अकबर दी मुबारक होनी। इमाम अपनी हैसियत मुताबिक भैन नु तोहफे तहाइफ दिते। भैन टुर गई दूजी आई तोहफे तहाइफ दिते। त्रीजी भेण आई चौथी आई पंजवी आई। जदा यारवी भेण आई है ना सकी भेण इमाम हुसैन ने तोहफे तहाइफ दे के टोरिया ते भेण नु आदन वाने आलिया भेण को आख शब्बीर पे आदे तेनु अकबर दी खुशी बड़ी हुई है ते भिरा पे आदे मसनद में लवाइए सदवाया तय। वीर पे आदे अगर टुर न सकदी हो मैं तो मुबारक दे मन मैं तोड़ लगावा। बिस्मिल्लाह करन आवाज ये हा भेण सने आदे बीबी टुर पई। इदू बीबी दा कदम आया भेण दी हवेली च। इदू इमाम हुसैन ने मसनद ते उठी खड़े भेण दे इंतजार च। इदू बीबी दा कदम आया गैरतमंदो बीबी ने उठी के इमामत ने शाजी इस्मत नु सहारा दिता। बीबी यदि औखा वदा थी न फरमाने भेण उधारे आज तय मैं को सहारा मैं नहीं दिता। मैंने ना पिया सहारा ही वजह तो कल तू मैनू सहारे दे। यकीन करो बहुत वड़ी सतरे बीबी मसनत ते बैठी भिरा दी अखा चुमिया आओ यो वहन इतों शुरू पिया कर दा। आवाज आई है भेण अकबर दी मुबारक होवी। बीबिया दिए तुहानू मुबारक होवे। इमाम आदन भैन दुनिया दी ख्वाहिश आई असा कुछ हुसैन को मंगी लेकिन मेरी ख्वाहिश आई मेरे कोल भेण मंगे। अगर समझा लिया सत्रह बहु वड़ा गिरिया वैसी आवाज आई है भेण कुछ मंग। वीर दे चेहरे दी तिलावत की थी रो गया दी हुसैन सर तू लाए के पैर तक मैनू देख मैं कोई मंगा लाली लग दिया। बिस्मिल्लाह करा जेड़े इज्जत ने सही है ना। बिस्मिल्लाह करा जवानी माणो मेरे सामने वो चेहरे बैठे जड़े अक्सर मजालिस ते ज़ियारतां जिन्हां दियां होंदियां। आवाज आई है फेर कोई तमंग बीबिया दी हुसैन मैं किवें मंगा मैं अली दी दियां मैं हसन हुसैन दी भेण मैं जाफर तैयार दी नूआ रई से अरब दा हरम शादी सत्तर बड़ी औखी है। हुसैन दिल मानी जाई माँ दे उजड़न दा वास्ते कुछ मंग चुप होई हुसैन दिन मंगना पौसी बीबिया दिए जे खाली नए वले वतियो अकबर दे। शायद कोई अमीर बंदा है जिंदी अजे हाय न निकल। भलावी भलावी मुश्किल करा जवानी माणो सत्तर सुनी गैरतमंदो बीबी ने अकबर मंगिया। इमाम हुसैन थोड़ी देर वास्ते खामोश है। जेड़े बंदे कुरान दा इल्म रखदे उन्हां नूं पता है कुरान च कई रमूज कोई अजे रमूज जिथां सांस रोकना पौंदा है लफ्ज नहीं रुकींदे। किथां आयत मुके लफ्ज रोक दी वींदन सांस नहीं रुकींदे।
ਕਿਥਾਈ ਸਾਹਸ ਨਹੀਂ ਰੁਕੀਂਦਾ, ਲਫ਼ਜ਼ ਰੁਕੀਨੇ ਨੂੰ ਭੇਣ ਅਕਬਰ ਮੰਗਿਆ, ਹੁਸੈਨ ਖੁਦ ਆਖਿਆ ਮੰਗ, ਹੁਸੈਨ ਚੁੱਪ ਹੋਏ, ਅਕਬਰ ਦੇਵਣੇ ਭੇਣ ਨੂੰ ਦਿੱਤੀ ਹੋਈ ਸ਼ਾਇਵਤ ਕਿਵੇਂ ਮੰਗੀ ਵੇ। ਇਹ ਤਾਂ ਮੇਰਾ ਰੱਬ ਨਾਲ ਵਾਅਦਾ ਹੈ ਜੋ ਮੈਂ ਡਾ ਮੁਹਰਮ ਨੂੰ ਅਕਬਰ ਦੇਵਣ ਕਿਵੇਂ ਮੰਗਸਾ ਦੀਏ, ਜੇ ਆਖਈ ਮੰਗੀਏ ਤਾਂ ਵੱਤ ਚੁੱਪ ਕਿਉਂ ਹੈ। ਸ਼ਬੀਰਾ ਦਿਨ ਭੇਣ ਦਿੱਤੀਆਂ ਹੋਈਆਂ ਚੀਜ਼ਾਂ ਮੰਗੀਦੀਆਂ ਨਹੀਂ, ਮੇਰਾ ਰੱਬ ਨਾਲ ਵਾਅਦਾ ਹੈ ਕਿਵੇਂ ਮੰਗਸਾ। ਉੱਠੀ ਗੜੀਆ ਦੀ ਹੁਸੈਨ ਕਿਤਨੇ ਪਿਆ ਦੇਣੇ, ਸ਼ਬੀਰਾ ਦਿਨ ਇੱਕ ਬੀਬੀਆ ਦੀ ਵਾਅਦਾ ਹੋਇਆ ਜਦਾਂ ਲਵਣਾ ਸੇ ਮੈਂ ਜੋੜੀ ਨਾਲ ਸਮਝਦਾਰ ਲੋਕ ਅੱਜ ਖੜਾ ਪੜਦਾ, ਇੱਜ਼ਤ ਵਾਲੇ ਲੋਕ ਅੱਜ ਖੜਾ ਪੜਦਾ, ਬਿਸ਼ਕਲਾ ਕਰਾਂ, ਮਾਤਮ ਨਸੀਬ ਹੋਵੇ ਜ਼ਿੰਦਗੀ ਹੋਵੇ, ਬਿਸ਼ਕਲਾ ਕਰਾਂ। ਇਹ ਮਜ਼ਮੂਨ ਬਾਬਾ ਅਲਤਾਫ ਸ਼ਾਹ ਜੀ, ਆਉਣ ਸ਼ਾਹ ਜੀ, ਖੁਰਮ ਸ਼ਾਹ ਜੀ, ਬਾਬਾ ਜੀ ਔਖਾ ਮਜ਼ਮੂਨ ਹੈ, ਹਰ ਬੰਦਾ ਪੜ੍ਹਦਾ ਹੀ ਨਹੀਂ, ਲੇਕਿਨ ਕੋਈ ਮਾਲਕਾਂ ਦੀ ਬੜੀ ਇਨਾਇਤ ਹੈ ਜੋ ਨੌਕਰ ਦੀ ਜ਼ੁਬਾਨੀ ਲੋਕ ਸੁਣ ਗਿਣਨ। ਹੁਸੈਨ ਬਾਦਸ਼ਾਹ ਤੇ ਭੇਣ ਭਰਾ ਬੈਠੇ, ਵਾਅਦਾ ਹੋ ਗਿਆ ਦੇਣਾ, ਥੋੜ੍ਹੀ ਦੂਰ ਆਈ ਅਕਬਰ ਦੀ ਮਾਂ, ਸਮਝ ਗਈ ਜੋ ਸ਼ਾਇਦ ਭੇਣ ਖਾਲੀ ਵੱਲੋ, ਯਕੀਨ ਕਰ ਸੱਤਰ ਤੂੰ ਵੱਡੀ ਕਿਹੜੀ ਸੱਤਰ ਪਹੁੰਚਾਈ, ਬੀਬੀ ਪੁੱਤਰ ਚਾਈ ਆਈ ਏ ਆਲੀਆ ਦੀ ਝੋਲੀ ਚ ਰੱਖਾ, ਮਾਲਿਕ ਬਚੜਾ ਦੇਵੀ ਹਯਾਤੀਆਂ ਵਾਲਾ ਝੋਲੀ ਚ ਰੱਖਿਆ ਦੀ ਇਹਨੂੰ ਖਾਲੀ ਲਵਲਾ ਅੱਗੇ ਖਾਲੀ ਵੱਲੀ ਮਾਂ। ਸ਼ਾਬਾਸ਼ ਮਾਤਮ ਕਰਨ ਵਾਲੇ, ਕਿਆ ਬਾਤ ਹੈ ਯਾਰ, ਨਿਆਜ਼ ਬੇਗਲ ਹੈ ਤਾਂ ਆਪਣਾ ਹੀ ਇੱਕ ਮਿਆਰ ਹੈ, ਬਿਸਮਿਲ੍ਲਾ ਕਰਾਂ ਵਾਲੇ ਇਹਨੂੰ ਖਾਲੀ ਨਾ ਬੁਲਾਵੇ, ਬਿਸਮਿਲ੍ਲਾ ਕਰਾਂ ਜ਼ਿੰਦਗੀ ਉਹਨੇ, ਬਿਸਮਿਲ੍ਲਾ ਕਰਾਂ ਮੈਨੂੰ ਕਰਾਂ ਅੱਗੇ ਖਾਲੀ ਵੱਲੀ ਮਾਂ ਦੀ ਧੀ ਹੈ। ਬੀਬੀ ਪੁੱਤਰ ਕੁਚਾਇਆ ਡਿੱਠਾ ਇਸ ਅਦੀਏ ਬਹੁ ਸੁਣ ਕਹਿ ਕੁ ਦਿੱਤਾ ਵੇ ਤੇਰਾ, ਬੀਬੀ ਅਦੀਏ ਜੇ ਮੇਰਾ ਤਾਂ ਮੈਂ ਕੌਣ ਆ ਅੱਜ ਦੇ ਬਾਅਦ ਮਾਂ, ਬੀਬੀ ਅਦੀਏ ਵੱਤ ਮਾਵਾਂ ਦਾ ਦਿਲ ਆਖੇ ਕਈ ਨੂੰ ਪਿਆਰ ਕਰਨ ਦੇਵੇਂਦੀਆਂ ਨਾ, ਕਈ ਨੂੰ ਚੁੰਮਣ ਲੈਵੇਂਦੀਆਂ ਨਾ, ਕਈ ਨੂੰ ਮਾਂ ਸੱਡਣ ਲੈਵੇਂਦੀਆਂ ਨਾ, ਬੀਬੀ ਅਦੀਏ ਉਹ ਜਾਣੇ ਆਦੀ ਆਖੋ ਤਾਂ ਹੁਣ ਵਕਤ ਅੱਜ ਬੁਲਾ ਦੇਣੀਆਂ। ਫਰਮਾਉਂਦੇ ਨਹੀਂ ਅੱਲਾ ਤੈਨੂੰ ਨਸੀਬ ਕਰੇ, ਤੁਰਨ ਲੱਗੀ ਇਹ ਕਦਮ ਆਪਣੀ ਹਵੇਲੀ ਚਾਇਸ, ਇੱਕ ਕਦਮ ਵੀਰ ਦੀ ਹਵੇਲੀ ਚ ਨਹੀਂ ਚਾਇਆ, ਪਿੱਛਾ ਮੋੜ ਕੇ ਡਿੱਠਾ ਆਦਿ ਅਕਬਰ ਦੀ ਮਾਂ, ਕੁਝ ਆਖਣਾ ਚਾਹਨੀ ਬੀਬੀਆਂ ਤੁਹਾਡੇ ਹਿੱਸੇ ਦਾ ਵਹਿਣੇ, ਮੌਲਾ ਪਰਦੇ ਸਲਾਮਤ ਰੱਖਣੇ, ਤੂੰ ਸਰੋ ਪੈ ਤਾਂ ਮਿਹਰਬਾਨੀ, ਆਵਾਜ਼ ਆਈਏ ਨਾਰਾਜ਼ ਨੂੰ ਹੋਏ ਹੋਰ ਕੁਛ ਨਾ ਮੰਗਦੀ, ਪੁੱਤਰ ਨਾ ਸੱਡਣ ਨੇਵੇਂ ਪਿਆਰ ਨਾ ਕਰਨ ਨੇਵੇਂ, ਲੇਕਿਨ ਜਿਵੇਂ ਪੁੱਤਰ ਖਾਰੇ ਚੜੀਏ ਇੱਕ ਦਫ਼ਾ ਨੌਕਰ ਸਮਝ ਕੇ ਮੂੰਹ ਚੁੰਮਣ ਦੇਵੇਂ। ਅਦੀ ਲੈਲਾ ਜੇ ਕਹਿ ਸਹਿਰੇ ਪਵਣ ਦਿੱਤੇ, ਆ ਜਵਾਨੀਆਂ ਮਾਣ ਹੋ ਜਾਂਦੇ ਹੱਥ ਪਾਤ, ਕਿਆ ਬਾਤ ਹੈ ਖਜ਼ਾਨਾਰੀ ਦਾ ਹੱਕ ਹੀ ਹੋ ਗਈ, ਯਕੀਨ ਕਰੋ ਚਿਹਰਾ ਸੋਹਣਾ ਲੱਗਦਾ ਹੀ ਹੋਏ ਜਿਹੜਾ ਇਹਨਾਂ ਦੀ ਗੁਰਬਤ ਜੀ। ਬਿਸਮਿਲ੍ਲਾ ਕਰ ਮੌਲਾ ਪੁੱਤਰ ਨੂੰ ਵਾਰਸ ਦਿਉਂਦੇ ਸਈਆ ਦੇ ਨਾ ਦਿਨ ਵੱਧ ਆਖ ਆਦੀਏ ਨੌਕਰ ਸਮਝ ਕੇ ਇੱਕ ਦਫ਼ਾ ਅਕਬਰ ਦਾ ਮੂੰਹ ਚੁੰਮਣ ਦੇ, ਬੀਬੀ ਆਦੀਏ ਕਹਿ ਪਾਵਣ ਦਿੱਤਾ ਤਾਂ ਚੁੰਮ ਲਵੇ ਨਹੀਂ ਤਾਂ ਮੇਰੇ ਨਾਲ ਬਾਜ਼ਾਰ ਲੱਗੀ ਕਿਥਾਈ ਸਾਗ ਤੇ ਚੁੰਮਣ
ਲੱਗਿਆ ਜਦਾਂ ਕਹਿਲਾ ਦਿੱਤਾ ਪੁੱਤਰ ਨੂੰ ਚਾਈ ਮਿਹਰਬਾਨੀ ਬਹੁਤ ਸੋਹਣਾ ਇਸਤਕਬਾਲ ਕੀਤਾ। 11 ਸਾਲ ਅਲੀ ਅਕਬਰ ਦੇ ਚਿਹਰੇ ਤੇ ਨਕਾਬ ਅਰਬ ਦਾ ਰਿਵਾਜ ਹੀ ਨਕਾਬ ਸਫ਼ਰ ਕਰੇ ਨਾ ਤਾਂ ਚਿਹਰੇ ਤੇ ਲੋਕ ਨਕਾਬ ਬੀਬੀਆ ਦੀ ਆਈ ਬਦ ਨਜ਼ਰੇ ਦੀ ਨਜ਼ਰ ਨਾ ਲੱਗੇ। ਇੱਜ਼ਤ ਵਾਲੇ ਮੋਮਨੋ 11ਵੇਂ ਸਾਲ ਬੀਬੀਆ ਦੀ ਅਮਾਨਤ ਮੈਂ ਬੁਰਕਿਆਂ ਪਲੈਂਦੀ ਪਈਆਂ ਇਸ ਮੈਦਾਨ ਮੰਨਣੇ ਬੀਬੀ ਸੜਿਆ ਅੱਬਾਸ ਪੁੱਤਰ ਦੇ ਚਿਹਰੇ ਤੋਂ ਨਕਾਬ ਲਾਇਆ ਦੀ ਲੈ ਵਾਂਜੇ ਨੂੰ ਹੁਸੈਨ ਕੋਲ ਬਿਠਾਇਆ ਕਰ ਹੁਸੈਨ ਕੋਲ ਅਕਬਰਾ ਬਾਵਿਆ ਪੁੱਤਰ ਸੋਹਣਾ ਹੋਵੇ ਪਿਆਰਾ ਹੋਵੇ ਬੰਦਿਆਂ ਦੇ ਰਾਤ ਨੂੰ ਬਾਜ਼ਾਰ ਚੂ ਕਿਆ ਲੈ ਦੇਵਾਂ ਤੇਰੀ ਵਾਸਤੇ ਕਿਆ ਲੈ ਆਵਾਂ। ਅਲੀ ਅਕਬਰ ਦਾ ਹੱਥ ਡੱਪੇ ਨਾ ਆਖਣਾ ਬਾਜ਼ਾਰ ਚੂ ਕਿਹੜਾ ਘੋੜਾ ਗਹਿਣ ਦੇਵਾਂ ਕਿਹੜਾ ਲਿਬਾਸ ਗਹਿਣ ਲੇਵਾਂ। ਅਕਬਰ ਸਰ ਜਿੱਕਾ ਕਰੇ ਦਾਈ ਫਰਮੈਂਦਨ ਕਿਉਂ ਕਰੇ ਨਿਆ ਦੇ ਬਾਬਾ ਮੰਗਦੇ ਹੋ ਜਿਲ੍ਹਾ ਦੀਆਂ ਮਾਵਾਂ ਗਰੀਬ ਅਲੀ ਅਕਬਰ ਕਦਮ ਰੱਖਾ 13ਵੇਂ ਸਾਲ ਇਹ 17 ਮੇਰੀ ਜ਼ਾਕਰੀ ਦੀਆਂ ਯੁਗ 17 ਆਉਣ ਬਿਰਾਜ ਇਸ ਵੇਲੇ 13 ਸਾਲ ਅਲੀ ਅਕਬਰ ਕਦਮ ਰੱਖਿਆ 13ਵੇਂ ਚ ਬੀਬੀ ਆਦੀ ਅੱਬਾਸ ਜੀ ਸੈਨ ਬੀਬੀ ਆਦੀ ਅੱਬਾਸ ਤੂੰ ਮਾਹਰੇ ਜੰਗ ਚ ਮਿੰਨਤ ਕਰਨੀ ਆ ਮੈਨੂੰ ਅਕਬਰ ਤਿਆਰ ਕਰਾ ਦੇ ਸ਼ਾਬਾਸ਼ ਜ਼ਿੰਦਗੀ ਬਿਸਮਿਲਾ ਕਰਾਂ ਕਿਤਨੇ ਸਾਲ ਲੱਗ ਸਿਮ 3 ਸਾਲ ਬੀਬੀ ਆਦੀ 3 ਸਾਲਾਂ ਦੇ ਬਾਅਦ ਪਤਾ ਨਾ ਲੱਗੇ ਜਰਨੈਲ ਇਨ ਬਣਾ ਦੇ ਪਤਾ ਲੱਗੇ ਅੱਬਾਸ ਵੀ ਲੜਦਾ ਆਦੇ ਬੀਬੀ ਅੱਬਾਸ ਬਣਨਾ ਔਖਾ ਬੀਬੀ ਆਦੀ ਕਿਉਂ ਆਦੇ ਬੀਬੀ ਮਾਂ ਦੀ ਕਬਰ ਤੇ ਵੰਜ ਪੁੱਛਾ ਇੱਕ ਕਿਉਂ ਮੰਗਿਆ ਯਾ ਕਦੀ ਨੂੰ ਮੰਗਿਆ ਅਲਹਮਦੁਲਿਲਾ ਬੜਾ ਪੁਰਸ ਹੋ ਗਿਆ ਅਜਾ ਪੁਰਸਾ ਰਹਿੰਦਾ ਉਸ ਪੁਰਸੇ ਦੀ ਇੰਤਜ਼ਾਰ ਖੜਾ ਕਰੇ ਨਾ ਬਿਸਮਿਲਾ ਕਰਾਂ ਸੈਯਦ ਅਜ਼ਾਦਾਰ ਨਦ ਨੂ ਮੰਗਿਆ ਗੈਰਤਮੰਦੋ ਬੀਬੀਆ ਦੀ ਅੱਛਾ ਤਿਆਰ ਕਰਾ ਦੇ ਕਿਤਨਾ ਵਕਤ 3 ਸਾਲ ਅੱਬਾਸ ਤਿਆਰੀ ਕਰਾਈ ਮਸ਼ਕਾਂ ਕਰਾਈਆਂ ਬੀਬੀ ਆਦੀ ਅੱਬਾਸ ਜਦੋਂ ਮੇਰਾ ਅਕਬਰ ਲੜਨ ਦੇ ਕਾਬਿਲ ਹੋ ਵਣੇ ਮੈਨੂੰ ਦੱਸੇ ਅੱਬਾਸ ਇਤਲਾਹ ਦਿੱਤੀ ਬੀਬੀ ਅਕਬਰ ਲੜਨ ਦੇ ਕਾਬਿਲ ਹੋ ਗਈ ਹੈ ਹਾਸ਼ਮੀਆਂ ਦਾ ਕੋਟ ਆਈ ਜਿਹਦੇ ਚ ਮਸ਼ਕ ਕਰਾਉਂਦੇ ਹਨ 24 ਜਵਾਨ ਅੱਬਾਸ ਬੁਲਾਏ ਮਸਨਦ ਲੱਗ ਗਈ ਇੱਕ ਪਾਸੇ ਹੁਸੈਨ ਦੀ ਦੂਜੇ ਪਾਸੇ ਆਲੀ ਆਦੀ ਜਿਹੜੇ ਵੇਲੇ ਗੈਰਤਮੰਦੋ ਮਸਨਦ ਲੱਗੀ ਏ 24 ਜਵਾਨ ਇੱਕ ਬਾਏ ਨਾਲ ਵਾਰਾਂ ਦਰਦ ਤੋਂ ਬਦਲ ਅਰਮਾਨ ਰਾਸੀ ਜਾਂਦੀ ਹਾਇਰ ਨਿਕਲੀ ਗੈਰਤਮੰਦੋ ਤੇਰੇ ਬਾਰਗਾ ਚੀਖਾਂ ਬੁਲੰਦੋ ਸਨ ਜਿਹੜੇ ਵੇਲੇ 24 ਲੜੇ ਬੀਬੀ ਆਦੀ ਆਪ ਲੜੇ ਨਹੀਂ ਅਕਬਰ ਲੜਾਏ ਨਹੀਂ ਬੀਬੀ ਆਦੀ 24 ਜੋ ਵੀ ਖਾਏ ਨਹੀਂ ਬੀਬੀ ਹਰ ਬੀਬੀ ਦੇ ਮੋਢੇ ਤੇ ਹੱਥ ਨਾ ਘਬਰਾਓ ਜਿਹਦੇ ਨਾਲ 24 ਹੋ ਜਾਏ ਹੋਵੇ ਉਹਦੇ ਬੁਰਕੇ ਨੂੰ ਕਿਹੜੀ ਫਿਕਰ ਹੈ
ਬੀਬੀਆਂ ਦੀ ਅੱਬਾ ਚੌਵੀ ਲੜਾਏ ਨੀ ਮਿਹਰਬਾਨੀ ਖਾਰ ਮੇਰੇ ਅਕਬਰ ਨੂੰ ਲੜਾ ਮੇਰੇ ਅਕਬਰ ਨੂੰ ਕਿਉਂ ਨੀ ਲੜਾਇਆ ਤੇ ਬੀਬੀ ਨਾ ਚੌਵੀਆਂ ਚੋਂ ਇੱਕ ਹੀ ਕੋਈ ਨਾ ਜਿਹੜਾ ਅਕਬਰ ਨਾਲ ਲੜੇ ਬੀਬੀਆਂ ਦੀ ਆਪ ਲੜ ਕਾਇਨਾਤ ਕੁਰਬਾਨ ਕਰਾ ਤੂੰ ਵਾਰ ਕਰ ਮੈਂ ਕੁਝ ਦਿਖਾ ਮੇਰਾ ਪਾਸ ਅਕਬਰ ਕਿਵੇਂ ਲੜਦਾ ਆਦੇ ਬੀਬੀ ਅਕਬਰ ਦਾ ਵਾਰ ਮੈਂ ਰੋਕ ਸਕਦਾ ਮੇਰਾ ਵਾਰ ਅਕਬਰ ਨਹੀਂ ਰੋਕ ਸਕਦਾ ਜੇ ਵਾਰ ਮੇਰਾ ਰੋਕਣਾ ਹੀ ਮੇਰਾ ਰੋਕੇ ਵਾਰ ਤਾਂ ਨਜਫੀ ਚੁਬਾ ਬਾਲੀ ਮੁਲਾ ਪੱਥਰਾਂ ਦੀ ਜ਼ਮਾਨਤ ਨਹੀਂ ਬੀਬੀ ਆਦੀ ਵਾਰ ਕਰ ਅਕਬਰ ਪਹਿਲਾਂ ਵਾਰ ਕੀਤਾ ਅੱਬਾਸ ਰੱਦ ਕੀਤਾ ਦੂਜਾ ਵਾਰ ਕੀਤਾ ਅੱਬਾਸ ਰੱਦ ਕੀਤਾ ਤੀਜਾ ਵਾਰ ਕੀਤਾ ਅੱਬਾਸ ਰੱਦ ਕੀਤਾ ਬੀਬੀ ਆਦੀ ਹੁਣ ਵਾਰ ਕਰ ਅੱਬਾਸ ਵਾਰ ਕੀਤਾ ਸੱਦਾ ਦਾ ਜੋ ਅਕਬਰ ਸੱਭੇ ਨਾ ਸਕਿਆ ਅਕਬਰ ਰੋਕ ਨਾ ਸਕਿਆ ਨੇਰਾ ਸੀਨੇ ਦੇ 2 ਫੁੱਟ ਦੂਰ ਆਲੀਆ ਝੜ ਪਈ ਇੱਕ ਹੱਥ ਨੇਜ਼ੇ ਤੇ ਰੱਖਾ ਸਮਾਤਮ ਕਰ ਲਵੇ ਦੂਜਾ ਹੱਥ ਅੱਬਾਸ ਦੇ ਨੇਜ਼ੇ ਤੇ ਇੱਕ ਅਕਬਰ ਦੇ ਸੀ ਆਦੀਏ ਸੋਚ ਕੇ ਮਾਰੇ ਮੈਂ ਔਖਾ ਪਲੇ ਦੀ ਜਵਾਨੀ ਮਾਰਾ ਜਵਾਨੀ ਸਮਝੋ ਗੱਲ ਇਸੇ ਤੇ ਆ ਗਿਆ ਜੀ ਬਾਬਾ ਬਿਸਮਿਲਲਾ ਕਰਾਂ ਮੈਨੂੰ ਕਰਾਂ ਦੀ ਸੋਚ ਕੇ ਮਾਰੇ ਅੱਬਾਸ ਕਦਮਾਂ ਤੇ ਹੱਥ ਲਾ ਗਿਆ ਤਾਂ ਬੀਬੀ ਲੜਨ ਤਾਂ ਨਾਇਮ ਦੇਂਦਾ ਬੀਬੀ ਆਦੀ ਮੈਨੂੰ ਪਤਾ ਤੂੰ ਲੜਨ ਨਹੀਂ ਦੇਂਦਾ ਮਾਰਨ ਨਹੀਂ ਦੇਂਦਾ ਪਰ ਮੈਂ ਪਾਲਿਆ ਔਖ ਇਹ ਸੋਹਣਾ ਮੂੰਹ ਆਈ ਮੈਂ ਬਰਦਾਸ਼ਤ ਨਾ ਕਰ ਸਕੀ ਗੈਰਤ ਬੰਦਾ ਹੋ ਜੇ ਰੋਂਦੇ ਬੈਠੇ ਹੋ ਕੋਈ ਐਸਾ ਬੰਦਾ ਨਹੀਂ ਜਾਂਦੀ ਹਾਏ ਨਾ ਨਿਕਲੀ ਹੋਵੇ ਲੇਕਿਨ ਬੀਬੀ ਪੂਰੀ 3 ਰਾਤ ਸੁੱਤੀ ਨਹੀਂ ਅਕਬਰ ਦਾ ਸੀਨਾ ਚੁੰਮ ਕੇ ਆਖਿਆ ਜੇ ਚਾਚੇ ਦਾ ਨੇਰਾ ਲੱਗ ਪਾਉਂਦਾ ਮੈਂ ਮਰ ਵਾਂਗਾ ਜਿਹੜੀ ਚਾਚੇ ਦਾ ਨੇਰਾ ਨਹੀਂ ਸਾਂਦੀ ਪਤਾ ਨਹੀਂ ਹੋਵੇਲੇ ਕਿਵੇਂ ਨਿਭੀਏ ਜਦਾਂ ਅਕਬਰ ਨੂੰ ਮਰਛੀ ਲੱਗੀ ਹੋਈ ਤੇਰੇ ਮਜ਼ਾ ਵਿੱਚ ਮਾਤਮ ਜਾਏ ਦੇ ਇਹਨੂੰ ਅਕਬਰ ਛੜੀਏ ਇਹਨੂੰ ਹੁਸੈਨ ਆਏ ਤਿਆ ਦੇ ਕਹਿ ਡਿੱਠਾ ਹੋਵੇ ਓ ਮੈਡੇ ਅਕਬਰ ਨੂੰ ਤੇ ਮਸਜਿਦ ਅਕਸਾ ਤੂੰ ਲਾਂਦਾ ਇਨ ਨਹਾ ਲਹਾਣ ਅਲਮਾਨ ਹੋਏ ਜਿਹੜੇ ਸਮਝ ਗਏ ਜਿਹੜੇ ਪਹੁੰਚ ਗਏ ਮਹਿਰਾਜ ਤੂੰ ਰੋ ਗਿਆ ਦਿਨ ਮੈਂ ਵਿੱਚ ਦੁਨੀਆ ਦੇ ਮਰਕਲ ਔਲਾਦ ਦੀਆਂ ਦਰਦਾਂ ਦਾ ਮੈਂ ਕੁਦ ਸੋਹਾ ਲੋਗੋ ਬੱਚੜੇ ਕੋਲ ਆਏ ਇੱਕ ਉਹ ਨੇਜ਼ਾ ਸਈਆ ਦੇ ਨਾਂ ਦੰਜੇ ਲੱਗ ਪਾਉਂਦਾ ਲੱਗਾ ਨਾਈ ਤੇ ਬਰਦਾਸ਼ਤ ਨਾ ਕੀਤਾ ਜਦਾਂ ਲੱਗ ਗਿਆ ਤੇ ਕਿਵੇਂ ਸੈਦੋਂ ਬਰਦਾਸ਼ਤ ਕੀਤਾ ਕੁੱਟੀ ਹੋਏ ਪੁੱਤਰ ਕੋਲੋਂ ਹੁਸੈਨ ਆਏ ਆਦੇ ਅਕਬਰ ਤੇਰੀ ਲਾਸ਼ ਮੈਂ ਖੈਮੇ ਘੇਨ ਵੰਡਣੀ ਆਦੇ ਬਾਬਾ ਮੈਂ ਜਵਾਨਾ ਤੂੰ ਜ਼ਈਫ ਹੈ ਕੁਰਾਨ ਦੀ ਕਸਮ ਔਖੀ 70 ਹੁਸੈਨ ਕੰਡ ਤੇ ਕਿਉਂ ਨਹੀਂ ਚਾਹਿਆ ਥੱਕਾ ਹੋਇਆ ਬੰਦਾ ਕੰਡ ਤੇ ਚਾਹੁੰਦਾ ਨਾ ਇਮਾਮ ਹੁਸੈਨ ਕੰਡ ਨਾਲ ਨਹੀਂ ਚਾਹ ਅਕਬਰ ਦੇ ਸੀਨੇ ਨੂੰ ਸੀਨੇ ਨਾਲ ਲਾਏ ਕਿਉਂ ਦਿਲ ਦੀਆਂ ਧੜਕਤਾਂ ਤੂੰ ਪਤਾ ਲੱਗਦਾ ਵੰਨੇ ਅਕਬਰ ਜ਼ਿੰਦਾ ਹੈ ਪੁੱਤਰ ਦਾ ਸਰ ਪਿਓ ਦੇ ਮੋਢੇ ਤੇ ਗੈਰਤਮੰਦੋਂ ਪਹਿਲਾ ਕਦਮ ਚਾਹਿਆ ਪੁੱਤਰ ਦਾ ਚਿਹਰਾ ਡਿੱਠਾ ਜਿਹੜੇ ਮਾਤਮੀ ਬੈਠੇ ਹੋ ਦੂਜੀ ਦਫ਼ਾ ਕਦਮ ਚਾਹਿਆ ਵੱਧ ਚਿਹਰਾ ਡਿੱਠਾ ਅਚਾਨਕ ਡਿੱਠਾ ਅਕਬਰ ਦਾ ਸਰ ਮੁੰਡ ਤੂੰ ਢਲਣ ਲੱਗ ਗਿਆ ਹੁਸੈਨ ਬੱਚੜੇ ਨੂੰ ਸਮਾਏ
تے خیمے دو اشارہ کر کے آدھے جنا ملنے ماتم کرو مہدے اکبر کو تے ہون جلدی جلدی آؤ میدان نہیں بچدا شاید کوئی امیر بندے دا ہاتھ ماتم ودے نہ اٹھے ہوئی نہیں سکدا میری اماں بھینی علی اکبر جدا لتھا ہے خیمے چاہے ہر بی بی آئی ہے لیکن اکبر دی ماں نہیں آئی بی بیاں جھڑ دی ہیں حسین سہارا دے دے ہیں ایک بی بی نو اٹھائے نا دو جی جھڑ پون دی آئی دو جی نو اٹھائے نا تری جی جھڑ پون دی آئی ماں دی آس ہون دی ہے پتران کو سہرے پاوی ہے ماں گڑھڑی ہوئے تا دی ہے میں سر دے وال خضاب کرے سا دائی اکبر دی ماں نو سادا دائی آوے تا اکبر دی ماں کئے ویلے سجے ہاتھ مرے دی کئے ویلے کھپے آدن کے گلے نی آدھی جڑا نا اکبر لتھا ہے میں نو دروازہ نہیں لگتا اوے جڑے ماتمی بیٹھے ہو جڑے پرسا واجب سمجھ دے ہو جڑا ماں آئی ہے آدھی حسین پھل برچی دا کارڈ غیرت مندوں جڑے ویلے کڈے ہے اکبر دی چھاتی دا خون ماں سر دے والا فرمان کے پئی کرے نہیں ہے آواز آئیے میں منا تم منی آئی پیو اکبر دا شاباش تے جدا اکبر کو پرنے سا اوئی نہ سر دے چٹیا والا کو ہے وار خلا جی بسم اللہ کرا ایک منظور نظر وین سنے نہ میں نو کرا جڑے ویلے علی اکبر دی لاش آئیے بی بی رونیے رو کے دیے زہرا دا جایا زہرا دا جایا اللہ وسایا اکبر دے سینے تو ذرا ہاتھ ہٹا رو کے دیے میں ہاں ملے سا سارے رو جڑے ہاتھ بدی بیٹھے کھول لیو رو کے دیے میں ہاں ملے سا تو برچی کڈ گھن اپنی نہیں ڈھک دی تا غازی کو سر چا اے تویں بیبیاں دہائی او جڑے دھیاں لے حسین دی دھی ماں دے سامنے آئیے رو کے دیے ماں کالے کپڑے اماں کالے کپڑے میں کو پواچا میرا ویر مر گئے میرے دور لہوچا زندگی دا نہیں پتا مر کے نہیں وجنا اوکھا وینے جڑے ویلے علی اکبر دی بیبیاں آئیں لاش تے ایک بیبی ہے جیندا وینا ہے نکھڑی بہن دو مخاطب ہو کے دیے ونجے کوئی مدینے ونجے کوئی مدینے سورا کو آکھے ہاتھ پکڑ لو لائیو علی اکبر دا جنازہ اچھا اچھا چلو میں نو کراں آواز آئیے ونجے کوئی مدینے سارے ماتم کرو ونجے کوئی مدینے جڑے سورا نو پرسا دے ونائیو ونجے کوئی مدینے سورا کو آکھے تیدا ویر مر گئے تا گالا چا وہ جڑے بھیڑی دے بھیرا بیٹھے ہو تو وہ کھوینے دو اکبر لتھے رات دے ویلے حسین دی تھی نان دی کبر دے آئیے رو کیا دیے میں کودا سسولتا نبی آجا میں دے پیو اکبر سارے ماتم کرو پرنا آیا ہے رب جانے کئی مجبوری تو میں کو کھلن پھرا نہیں بہو دوینے آواز آئیے او نگری دشمن کیا بات ہے تواری کیا بات ہے بسم اللہ کراں میں نو کراں جڑے ویلے آئیے آخری وین آئی کون کھڑی ہے حسین دی نکھڑی تھی جناب سغرا رو کیا دیے میں کو دس سلطان
ਨਬੀਆਂ ਮੇਰੇ ਪਿਓ ਅਕਬਰ ਪਰਨਾ ਹੈ ਰੱਬ ਜਾਣੇ ਕਈ ਮਜਬੂਰੀ ਤੂੰ ਮੈਂ ਕੁਖਨਣ ਫਿਰਾ ਨਹੀਂ ਆਵਾਜ਼ ਆਈਏ ਅੱਜ ਫਜਰ ਵੇਲੇ ਦਾ ਮੇਰਾ ਦਿਲ ਬੇਚੈਨ ਮੈਂ ਕੁਸੇਂਗੀਆਂ ਦੱਸਾ ਹੈ ਕੋਈ ਅਕਬਰ ਸ਼ੱਕਾ ਸਾਰੇ ਮਾਤਮ ਕਰੋ ਯਾਰ ਅਲੀ ਅਕਬਰ ਦਾ ਜਿਤਨੇ ਬੈਠੇ ਵਾਲੀ ਅਕਬਰ ਉਹ ਸ਼ਹੀਦ ਹੈ ਜਾਂਦਾ ਪੱਥਰਾਂ ਦਾ ਮਾਤਮ ਜਿੰਦੇ ਦਾ ਬੀਬੀਆਂ ਕੀਤਾ ਸਾਰੇ ਸਰ ਦਾ ਪੁਰਸਾ ਦਿਓ ਤੇ ਆਖਰੀ ਵਹਿਣ ਪੜਾ ਸਾਰੇ ਪੁਰਸਾ ਦਿਓ ਗੈਰਤਮੰਦ ਹੋ ਨਾਨੇ ਦੀ ਕਬਰ ਹੱਲੀਏ ਆਵਾਜ਼ ਆਈਏ ਤੇਰੇ ਵੀਰ ਦੀ ਜੰਜ ਤੂੰ ਮੈਂ ਹੁਣ ਪਿਆਇਆ ਨਾ ਮਾਤਮ ਕਰੋ ਅੱਜ ਫਜੇ ਦੀਸ਼ਾ ਥਈਏ ਹਾਏ ਉਹ ਸ਼ੁਕਰ ਥਿਆਏ ਨਾਵੇ ਨਾਲ ਗਈ ਉਸ ਮੁਲਕ ਦੀ ਰਸਮ ਕਈ ਆਵਾਜ਼ ਆਈਏ ਪਾਏ ਭੱਜਦੇ ਨ ਘੋੜੇ ਉਹ ਲਾਸ਼ਾ ਤੇ ਤੇਰੀਆ ਸੁਖਤਮ ਠੀ ਗਈ ਏ ਉਹ ਪਏ ਭੱਜਦੇ ਨ ਘੋੜੇ ਖਤਮ ਥੀ ਗਈ ਅੱਛਾ ਮੈਨੂੰ ਕਰਾਂ ਕਬਰ ਲੀਏ ਆਵਾਜ਼ ਆਈਏ ਤੇਰੇ ਵੀਰ ਦੀ ਜੰਗ ਤੂੰ ਮੈਂ ਹੁਣ ਆਇਆ ਅੱਜ ਫਜੇ ਰੋਕਿਆ ਦੀਏ ਵੰਨੇ ਕੋਈ ਮਦੀਨੇ ਵੰਨੇ ਕੋਈ ਮਦੀਨੇ ਵੰਨੇ ਕੋਈ ਮਦੀਨੇ ਸੁਗਰਾ ਕੋ ਆਖੇ ਤੇਰਾ ਵੀਰ ਮਰ ਗਏ ਆਵਾਜ਼ ਆਈਏ ਤੇਰੇ ਵੀਰ ਦੀ ਜੰਗ ਤੂੰ ਮੈਂ ਹੁਣ ਆਇਆ ਅੱਜ ਫਜੇ ਓ ਤੇਰੇ ਵੀਰ ਦੀ ਜੰਗ ਤੂੰ ਮੈਂ ਹੁਣ ਆਇਆ ਅੱਜ ਫਜੇ ਰੁਕੂ ਸ਼ਾਹ ਦੀ